ਮੁਕੇਰੀਆਂ ਤੋਂ ਬਾਅਦ ਪਟਿਆਲਾ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਇੱਕ ਮੁਲਜ਼ਮ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਇਆ, ਜਿਸ ਨੇ ਗੁਟਕਾ ਸਾਹਿਬ ਅਤੇ ਕੁਝ ਹਿੰਦੂ ਪੁਸਤਕਾਂ ਦੇ ਅੰਗ ਪਾੜ ਦਿੱਤੇ। ਅੰਗ ਪਾੜਨ ਤੋਂ ਬਾਅਦ ਕੁਝ ਗੁਰੂ ਘਰ ਦੇ ਅੱਗੇ ਤੇ ਕੁਝ ਘਰਾਂ ਦੇ ਵਿੱਚ ਸੁੱਟ ਦਿੱਤੇ। ਤਾਂ ਪੁਲਿਸ ਦੇ ਵੱਲੋਂ ਜਦੋਂ ਸੀਸੀਟੀਵੀ ਕੈਮਰਾ ਖੰਗਾਲਿਆ ਗਿਆ ਤਾਂ ਇਹ ਸ਼ਖਸ ਕੈਮਰੇ ਦੇ ਵਿੱਚ ਕੈਦ ਹੋਇਆ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਪਟਿਆਲਾ ਦੇ ਘਨੌਰ ਦੇ ਪਿੰਡ ਸੱਜਰਪੁਰ ਦਾ ਇਹ ਪੂਰਾ ਮਾਮਲਾ ਹੈ, ਜਿੱਥੇ ਇੱਕ ਸ਼ਖਸ ਦੇ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਗਈ, ਅੰਗਾਂ ਨੂੰ ਪਾੜ ਕੇ ਕੁਝ ਲੋਕਾਂ ਦੇ ਘਰਾਂ ਦੇ ਵਿੱਚ ਸੁੱਟਿਆ ਗਿਆ। ਤਾਂ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ। ਕੁਝ ਦਿਨ ਪਹਿਲਾਂ ਮਕੇਰੀਆਂ ਦੇ ਇੱਕ ਗੁਰੂ ਘਰ ਦੇ ਵਿੱਚ ਵੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ ਧਾਰਮਿਕ ਗ੍ਰੰਥ ਦੇ ਅੰਗ ਪਾੜੇ ਗਏ ਸੀ। ਉਸ ਮਾਮਲੇ ਦੇ ਵਿੱਚ SGPC ਦੇ ਵੱਲੋਂ 2 ਦਿਨ ਦਾ ਅਲਟੀਮੇਟਮ ਪ੍ਰਸ਼ਾਸਨ ਨੂੰ ਦਿੱਤਾ ਗਿਆ। ਤਾਂ ਹੁਣ ਪਟਿਆਲਾ ਦੇ ਘਨੌਰ ਦੇ ਪਿੰਡ ਸੱਜਰਪੁਰ ਦਾ ਇਹ ਪੂਰਾ ਮਾਮਲਾ ਹੈ, ਜਿੱਥੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਗਈ, ਸ਼ਖਸ CCTV ਦੇ ਵਿੱਚ ਕੈਦ ਹੋਇਆ। ਹਾਲਾਂਕਿ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ, ਪਰ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਲਗਾਮ ਪੂਰਨ ਤੌਰ 'ਤੇ ਨਹੀਂ ਪੈ ਰਹੀ। ਤਾਂ ਅਜਿਹੇ ਲੋਕਾਂ ਨੂੰ ਗੁਰੂ ਘਰ ਹੀ ਕਿਉਂ ਦਿਸਦੇ ਨੇ? ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਸੋ ਪਟਿਆਲਾ ਦੇ ਪਿੰਡ ਸੱਜਰਪੁਰ ਦਾ ਇਹ ਪੂਰਾ ਮਾਮਲਾ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਗੁਟਕਾ ਸਾਹਿਬ ਅਤੇ ਹਿੰਦੂ ਪੁਸਤਕਾਂ ਦੇ ਅੰਗ ਪਾੜ ਕੇ ਲੋਕਾਂ ਦੇ ਘਰਾਂ ਦੇ ਵਿੱਚ ਤੇ ਗੁਰੂ ਘਰ ਦੇ ਅੱਗੇ ਖਿਲਾਰ ਦਿੱਤੇ ਸੀ। ਤਾਂ ਪੁਲਿਸ ਦੇ ਵੱਲੋਂ ਇਸ ਦੇ ਖਿਲਾਫ ਸ਼ਿਕੰਜਾ ਕੱਸਿਆ ਗਿਆ। ਮੁਕੇਰੀਆਂ ਤੋਂ ਬਾਅਦ ਪਟਿਆਲਾ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਇੱਕ ਮੁਲਜ਼ਮ CCTV ਤਸਵੀਰਾਂ ਦੇ ਵਿੱਚ ਕੈਦ ਹੋਇਆ, ਜਿਸ ਨੇ ਗੁਟਕਾ ਸਾਹਿਬ ਅਤੇ ਕੁਝ ਹਿੰਦੂ ਪੁਸਤਕਾਂ ਦੇ ਅੰਗ ਪਾੜ ਦਿੱਤੇ। ਅੰਗ ਪਾੜਨ ਤੋਂ ਬਾਅਦ ਕੁਝ ਗੁਰੂ ਘਰ ਦੇ ਅੱਗੇ ਤੇ ਕੁਝ ਘਰਾਂ ਦੇ ਵਿੱਚ ਸੁੱਟ ਦਿੱਤੇ। ਤਾਂ ਪੁਲਿਸ ਦੇ ਵੱਲੋਂ ਜਦੋਂ CCTV ਕੈਮਰਾ ਖੰਗਾਲਿਆ ਗਿਆ ਤਾਂ ਇਹ ਸ਼ਖਸ ਕੈਮਰੇ ਦੇ ਵਿੱਚ ਕੈਦ ਹੋਇਆ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਪਟਿਆਲਾ ਦੇ ਘਨੌਰ ਦੇ ਪਿੰਡ ਸੱਜਰਪੁਰ ਦਾ ਇਹ ਪੂਰਾ ਮਾਮਲਾ ਹੈ, ਜਿੱਥੇ ਇੱਕ ਸ਼ਖਸ ਦੇ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਗਈ, ਅੰਗਾਂ ਨੂੰ ਪਾੜ ਕੇ ਕੁਝ ਲੋਕਾਂ ਦੇ ਘਰਾਂ ਦੇ ਵਿੱਚ ਸੁੱਟਿਆ ਗਿਆ। ਤਾਂ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ। ਕੁਝ ਦਿਨ ਪਹਿਲਾਂ ਮਕੇਰੀਆਂ ਦੇ ਇੱਕ ਗੁਰੂ ਘਰ ਦੇ ਵਿੱਚ ਵੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ ਧਾਰਮਿਕ ਗ੍ਰੰਥ ਦੇ ਅੰਗ ਪਾੜੇ ਗਏ ਸੀ। ਉਸ ਮਾਮਲੇ ਦੇ ਵਿੱਚ SGPC ਦੇ ਵੱਲੋਂ 2 ਦਿਨ ਦਾ ਅਲਟੀਮੇਟਮ ਪ੍ਰਸ਼ਾਸਨ ਨੂੰ ਦਿੱਤਾ ਗਿਆ। ਤਾਂ ਹੁਣ ਪਟਿਆਲਾ ਦੇ ਘਨੌਰ ਦੇ ਪਿੰਡ ਸੱਜਰਪੁਰ ਦਾ ਇਹ ਪੂਰਾ ਮਾਮਲਾ ਹੈ, ਜਿੱਥੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਗਈ, ਸ਼ਖਸ CCTV ਦੇ ਵਿੱਚ ਕੈਦ ਹੋਇਆ। ਹਾਲਾਂਕਿ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ, ਪਰ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਲਗਾਮ ਪੂਰਨ ਤੌਰ 'ਤੇ ਨਹੀਂ ਪੈ ਰਹੀ। ਤਾਂ ਅਜਿਹੇ ਲੋਕਾਂ ਨੂੰ ਗੁਰੂ ਘਰ ਹੀ ਕਿਉਂ ਦਿਸਦੇ ਨੇ? ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਸੋ ਪਟਿਆਲਾ ਦੇ ਪਿੰਡ ਸੱਜਰਪੁਰ ਦਾ ਇਹ ਪੂਰਾ ਮਾਮਲਾ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਗੁਟਕਾ ਸਾਹਿਬ ਅਤੇ ਹਿੰਦੂ ਪੁਸਤਕਾਂ ਦੇ ਅੰਗ ਪਾੜ ਕੇ ਲੋਕਾਂ ਦੇ ਘਰਾਂ ਦੇ ਵਿੱਚ ਤੇ ਗੁਰੂ ਘਰ ਦੇ ਅੱਗੇ ਖਿਲਾਰ ਦਿੱਤੇ ਸੀ। ਤਾਂ ਪੁਲਿਸ ਦੇ ਵੱਲੋਂ ਇਸ ਦੇ ਖਿਲਾਫ ਸ਼ਿਕੰਜਾ ਕੱਸਿਆ ਗਿਆ।